ਜਾਣ ਦੀ ਤਿਆਰੀ ਹੋਵੇ। ਭਾਈ ਸਾਹਿਬ ਲੈ ਕੇ ਕਹਿਣ ਕਣਕੀਆਂ ਵਾਲਿਆਂ, ਗੁਰੂ ਗੋਬਿੰਦ ਸਿੰਘ ਆਪਣੀ ਮਰਜ਼ੀ ਨਾਲ ਜੰਗ ਦੇ ਮੈਦਾਨ 'ਚ ਨਹੀਂ ਜਾ ਸਕਦਾ। ਆਪ ਜੀ ਨੇ ਜਿਹੜੇ ਅੰਮ੍ਰਿਤ ਕੌਂਸਲ ਨੇ ਬਚਨ ਕੀਤੇ ਸਨ, ਦਇਆ ਸਿੰਘ ਜੀ ਤੁਸੀਂ ਅੰਮ੍ਰਿਤ ਛੱਕ ਕੇ ਮੇਰੇ ਸਿੰਘ ਸੱਚ ਕਰਨ, ਕਿਹਾ ਸੀ ਨਾ ਅੱਜ ਤੂੰ ਤੁਹਾਨੂੰ ਮੈਂ ਪੰਜਾਂ ਪਿਆਰਿਆਂ ਨੂੰ ਖਾਲਸਾ ਪੰਥ ਦਾ ਖਿਤਾਬ ਬਖਸ਼ਦਾ ਕਿਤਾਬ, ਅੱਜ ਤੂੰ ਜੋ ਤੁਸੀਂ ਕਰਿਆ ਕਰੋਗੇ ਮੈਨੂੰ ਮਨਜ਼ੂਰ ਹੋਵੇਗਾ। ਪੰਜਾਂ ਪਿਆਰਿਆਂ ਨੇ ਗਲਤ ਪੰਥ ਪਾਉਣ ਦਾ ਬੇਨਤੀ ਕੀਤੀ, ਕਲਗੀਆਂ ਵਾਲਿਆ ਅੱਜ ਖਾਲਸਾ ਪੰਥ ਇਸ ਗੱਲ ਦੀ ਡਿਮਾਂਡ ਕਰਦਾ, ਇਸ ਗੱਲ ਦੀ ਮੰਗ ਕਰਦਾ। ਆ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਜਾਓ, ਅਸੀਂ ਸ਼ਹੀਦ ਹੋ ਗਏ, ਕੋਈ ਫਰਕ ਨਹੀਂ ਪੈਣਾ। ਆਪ ਦੇ ਸਰੀਰ ਕਰਕੇ ਬਚਰ ਹੈ, ਸਾਡੇ ਵਰਗੇ ਸੈਂਕੜੇ ਹਜ਼ਾਰਾਂ ਦਾ ਕੀ, ਸਾਡੇ ਵਰਗੇ ਲੱਖਾਂ ਸਿੰਘ ਚਾਰ ਵਾਰ ਚਾਰ ਕਰ ਦੋ। ਜੰਗ ਦੇ ਮੈਦਾਨ ਚ ਜੂਝਣਾ ਚਾਹੁੰਦੇ ਸਨ, ਪਰ ਆਪਣੇ ਹੱਥੀ ਸਾਡੇ ਖਾਲਸਾ ਪੰਥ ਦਾ ਹੁਕਮ ਵੀ ਤੇ ਨਹੀਂ ਸੀ ਮੋੜ ਸਕਦੇ। ਅੱਜ ਤਖਤਾਂ ਤਾਜਾਂ ਦੇ ਮਾਲਕ ਨੇ, ਫੌਜਾਂ ਦੇ ਜਰਨੈਲ ਸਤਿਗੁਰ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਜੰਗੀ ਸ਼ਸਤਰ ਵਸਤਰ ਉਤਾਰ ਕੇ ਭਾਈ ਸੰਗਤ ਸਿੰਘ ਹੋਣੇ ਬਣਾ ਦਿੱਤੇ। ਭਾਈ ਸੰਗਤ ਸਿੰਘ ਹੋਰਾਂ ਦਾ ਰੂਪ ਰੰਗ ਕੱਦ ਕਾੜ ਚਿਹਰਾ ਮੋਹਰਾ ਕਲਗੀਧਰ ਪਾਤਸ਼ਾਹ ਜੀ ਦੇ ਰੂਪ ਰੰਗ ਨਾਲ ਮਿਲਦਾ ਜੁਲਦਾ ਸੀ। ਅੱਜ ਤਖਤਾਂ ਤਾਜਾਂ ਦੇ ਮਾਲਕ ਫੌਜਾਂ ਦੇ ਜਰਨੈਲ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸੀਸ ਨੂੰ ਕਲਗੀ ਉਤਾਰ ਕੇ ਭਾਈ ਸੰਗਤ ਸਿੰਘ ਹੋਰਾਂ ਦੇ ਸੀਸ ਤੇ ਟਿਕਾਤੀ ਕਲਸ਼ ਸੀ। ਅੱਜ ਸਿਰ ਤੇ ਪਾਜ ਨਹੀਂ ਲਿਆ, ਹੱਥ ਤੇ ਬਾਜ ਨਹੀਂ ਲਿਆ, ਚਰਨਾਂ ਵਿੱਚ ਜੋੜਾ ਨਹੀਂ ਲਿਆ, ਪਾਤਸ਼ਾਹ ਭਾਈ ਸੰਗਤ ਸਿੰਘ ਹੋਰਾਂ ਦੀ ਪਰਿਕਰਮਾ ਕਰੀ ਜਾਂਦੇ ਤੇ ਨਾਲੇ ਖੁਸ਼ ਹੋਈ ਜਾਂਦੇ। ਭਾਈ ਦਇਆ ਸਿੰਘ ਜੀ ਪੁੱਛਦੇ, ਮਹਾਰਾਜ ਬੜੇ ਖੁਸ਼ ਨਜ਼ਰ ਆ ਰਹੇ ਹੋ, ਮਹਾਰਾਜ ਤੁਸੀਂ ਨਾਲੇ ਭਾਈ ਸੰਗਤ ਸਿੰਘ ਹੋਰਾਂ ਦੀ ਪਰਿਕਰਮਾ ਕਰੀ ਜਾਂਦੇ ਹੋ, ਨਾਲੇ ਖੁਸ਼ ਹੋਈ ਜਾਂਦੇ। ਗੁਰਦੇਵ ਲੱਗੇ ਕਰ ਦਇਆ ਸਿੰਘ ਮੈਂ ਖੁਸ਼ ਨਾ ਹੋ। ਉਹ ਦਇਆ ਸਿੰਘ ਜਿਵੇਂ ਕੋਈ ਮਾਂ ਆਪਣੇ ਨੰਨੇ ਮੁੰਨੇ ਬੱਚੇ ਦਾ ਇਸ਼ਨਾਨ ਕਰਾਉਂਦੀ, ਉਹਨੂੰ ਖੂਬਸੂਰਤ ਕੱਪੜੇ ਪਹਿਨਾਉਂਦੀ, ਹਾਰ ਸ਼ਿੰਗਾਰ ਲਾਉਂਦੀ, ਮਾਂ ਬੱਚੇ ਵੱਲ ਵੇਖ ਕੇ ਖੁਸ਼ ਹੁੰਦੀ, ਦਇਆ ਸਿਆ ਮੈਂ ਵੀ ਆਪਣੇ ਸਿੱਖ ਵੱਲ ਵੇਖ ਕੇ ਖੁਸ਼ ਹੋ ਰਿਹਾ। ਅਕਾਲ ਪੁਰਖ ਓਏ ਅੱਜ ਤੂੰ ਕਿਹੋ ਜਿਹੀ ਕਿਰਪਾ ਕੀਤੀ ਓਏ, ਅੱਜ ਗੁਰੂ ਗੋਬਿੰਦ ਸਿੰਘ ਤੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਚ ਕੋਈ ਭੇਦ ਭੇਦ ਨਹੀਂ ਲਿਆ ਖਾਲਸਾ ਜੀ। ਤੇਰਾ ਹੀ ਖਾਲਸਾ, ਤੇਰਾ ਹੀ ਰੂਪ ਹੋ ਗਿਆ, ਤੇਰਾ ਹੀ ਖਾਲਸਾ, ਤੇਰਾ ਹੀ
ਕਹਿ ਦਿਓ ਵਾਹਿਗੁਰੂ, ਵਾਹਿਗੁਰੂ, ਉਹ ਕਹਿ ਦਿਓ ਵਾਹਿਗੁਰੂ।